ਰੋਬਰਟ ਕਿਓ ਸਾਖੀ ਦੀ ਪੁਸਤਕ ਹੈ ਰਿਚ ਡੈਡ ਪੂਰ ਡੈਡ ਮੁਖਬੰਦ ਇਹਦੀ ਬਹੁਤ ਲੋੜ ਹੈ ਕੀ ਸਕੂਲ ਬੱਚਿਆਂ ਨੂੰ ਅਮਲੀ ਜ਼ਿੰਦਗੀ ਜਿਉਣ ਲਈ ਤਿਆਰ ਕਰਦਾ ਮੇਰੇ ਮੰਮੀ ਡੈਡੀ ਕਹਿੰਦੇ ਸਨ ਮਿਹਨਤ ਨਾਲ ਪੜੋ ਤੇ ਚੰਗੇ ਨੰਬਰ ਲਿਆਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇੱਕ ਵਧੀਆ ਤਨਖਾਹ ਵਾਲੀ ਨੌਕਰੀ ਮਿਲ ਜਾਏਗੀ ਉਹਨਾਂ ਦੀ ਜ਼ਿੰਦਗੀ ਦਾ ਟੀਚਾ ਇਹ ਸੀ ਕਿ ਮੇਰੀ ਵੱਡੀ ਭੈਣ ਤੇ ਮੇਰੀ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਏ। ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਾਲਜ ਦੀ ਪੜ੍ਹਾਈ ਮੁਕੰਮਲ ਹੋ ਗਈ ਤਾਂ ਅਸੀਂ ਜ਼ਿੰਦਗੀ 'ਚ ਜ਼ਿਆਦਾ ਸਫਲ ਹੋ ਸਕਾਂਗੇ। ਮੈਂ ਫਲੋਰੀਡਾ ਸਟੇਟ ਯੂਨੀਵਰਸਿਟੀ 'ਚ ਇੱਕ ਕਾਊਂਟਿੰਗ ਅੰਦਰ ਆਨਰਸ ਦੇ ਨਾਲ ਗ੍ਰੈਜੂਏਟ ਹੋਈ ਤੇ ਆਪਣੀ ਕਲਾਸ 'ਚ ਬੜੇ ਉੱਚੇ ਸਥਾਨ ਤੇ ਮੇਰਾ ਨੰਬਰ ਰਿਹਾ। ਜਦੋਂ ਮੈਂ 1976 'ਚ ਆਪਣਾ ਡਿਪਲੋਮਾ ਹਾਸਲ ਕੀਤਾ ਤਾਂ ਮੇਰੇ ਮੰਮੀ ਡੈਡੀ ਦਾ ਟੀਚਾ ਮੁਕੰਮਲ ਹੋ ਗਿਆ। ਇਹ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ। ਮਾਸਟਰ ਪਲਾਨ ਦੇ ਮੁਤਾਬਕ ਮੈਨੂੰ ਇੱਕ ਬਿਗ ਏਟ ਅਕਾਊਂਟਿੰਗ ਫਰਮ 'ਚ ਨੌਕਰੀ ਮਿਲ ਗਈ। ਹੁਣ ਮੈਨੂੰ ਆਸ ਸੀ ਕਿ ਇੱਕ ਲੰਮੀ ਕੈਰੀਅਰ ਤੇ ਘਾਟੂਮਰਚ ਰਿਟਾਇਰਮੈਂਟ ਦੀ। ਮੇਰੇ ਪਤੀ ਮਾਈਕਲ ਵੀ ਇਸੇ ਰਾਹ ਉੱਤੇ ਚੱਲੇ ਸਨ। ਅਸੀਂ ਦੋਵੇਂ ਬੜੇ ਮਿਹਨਤੀ ਪਰਿਵਾਰਾਂ ਤੋਂ ਆਏ ਸਾਂ, ਜਿਹੜੇ ਬਹੁਤੀ ਅਮੀਰ ਨਹੀਂ ਸਨ। ਮਾਈਕਲ ਨੇ ਆਨਰਸ ਨਾਲ ਗ੍ਰੈਜੂਏਸ਼ਨ ਕੀਤਾ ਸੀ। ਇੱਕ ਵਾਰ ਹੀ ਨਹੀਂ, ਬਲਕਿ ਦੋ ਵਾਰੀ। ਪਹਿਲੀ ਵਾਰ ਇੰਜੀਨੀਅਰ ਦੇ ਤੌਰ ਤੇ ਤੇ ਫਿਰ ਲਾਸ ਗੋਲ ਤੋਂ ਉਹਨਾਂ ਨੂੰ ਛੇਤੀ ਪੇਟੈਂਟ ਲਾਜ ਮਹਾਰਤ ਰੱਖਣ ਵਾਲੀ ਵਸ਼ਿੰਗਟਨ ਡੀਸੀ ਦੀ ਪ੍ਰਸਿੱਧ ਫਰਮ 'ਚ ਨੌਕਰੀ ਮਿਲ ਗਈ ਤੇ ਇੰਜ ਉਹਨਾਂ ਦਾ ਭਵਿੱਖ ਵੀ ਸੁਨਹਿਰਾ ਲੱਗ ਰਿਹਾ ਸੀ ਉਹਨਾਂ ਦੇ ਕੈਰੀਅਰ ਦਾ ਨਕਸ਼ਾ ਸਪਸ਼ਟ ਤੇ ਗਲ ਪੱਕੀ ਸੀ ਕਿ ਉਹ ਵੀ ਛੇਤੀ ਰਿਟਾਇਰ ਹੋ ਸਕਦੇ ਹਨ ਹਾਲਾਂਕਿ ਅਸੀਂ ਦੋਵੇਂ ਆਪਣੇ ਆਪਣੇ ਕੈਰੀਅਰ 'ਚ ਸਫਲ ਰਹੇ ਪਰ ਅਸੀਂ ਜਿਵੇਂ ਸੋਚਦੇ ਸੀ ਸਾਡੇ ਨਾਲ ਉੰਜ ਨਹੀਂ ਹੋਇਆ ਅਸੀਂ ਕਈ ਵਾਰ ਨੌਕਰੀਆਂ ਬਦਲੀਆਂ ਹਾਲਾਂਕਿ ਹਰ ਵਾਰ ਨੌਕਰੀ ਬਦਲਣ ਦੇ ਕਾਰਨ ਠੀਕ ਸਨ ਪਰ ਸਾਡੇ ਵਾਸਤੇ ਕਿਸੇ ਨੇ ਵੀ ਪੈਨਸ਼ਨ ਯੋਜਨਾ 'ਚ ਨਿਵੇਸ਼ ਨਹੀਂ ਕੀਤਾ ਸਾਡੇ ਰਿਟਾਇਰਮੈਂਟ ਫੰਡ ਸਾਡੇ ਆਪਣੇ ਲਾਈ ਹੋਈ ਪੈਸਿਆਂ ਨਾਲ ਹੀ ਵੱਧ ਰਹੇ ਸਨ ਸਾਡਾ ਵਿਆਹ ਬੜਾ ਸਫਲ ਰਿਹਾ ਤੇ ਸਾਡੇ ਤਿੰਨ ਬੱਚੇ ਵੀ ਹਨ ਉਹਨਾਂ 'ਚੋਂ ਦੋ ਕਾਲਜ ਵਿੱਚ ਤੇ ਤੀਜਾ ਅਜੇ ਹਾਈ ਸਕੂਲ 'ਚ ਗਿਆ ਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਸਿੱਖਿਆ ਦਿਲਾਉਣ ਖਾਤਰ ਕਾਫੀ ਪੈਸਾ ਲਾਇਆ 1996 ਚ ਇੱਕ ਦਿਨ ਮੇਰਾ ਬੇਟਾ ਸਕੂਲੋਂ ਘਰ ਮੁੜਿਆ ਸਕੂਲ ਨਾਲੋਂ ਦਾ ਮੋ ਪੰਗ ਹੋ ਗਿਆ ਸੀ ਉਹ ਪੜਾਈ ਤੋਂ ਤਾ ਗਿਆ ਸੀ ਮੈਂ ਉਹਨਾਂ ਵਿਸ਼ਿਆਂ ਨੂੰ ਪੜਨ ਚੇਨਾ ਜ਼ਿਆਦਾ ਸਮਾਂ ਕਿਉਂ ਬਰਬਾਦ ਕਰਾਂ ਜਿਹੜੇ ਅਸਲ ਜ਼ਿੰਦਗੀ 'ਚ ਮੇਰੇ ਕਦੇ ਵੀ ਕੰਮ ਨਹੀਂ ਆਉਣਗੇ ਉਹਨੇ ਵਿਰੋਧ ਕੀਤਾ ਬਿਨਾਂ ਸੋਚੇ ਵਿਚਾਰੇ ਮੈਂ ਉਹਨੂੰ ਜਵਾਬ ਦਿੱਤਾ ਕਿਉਂਕਿ ਜੇਕਰ ਤੁਹਾਨੂੰ ਚੰਗੇ ਨੰਬਰ ਪ੍ਰਾਪਤ ਨਹੀਂ ਹੋ ਸਕੇ ਤਾਂ ਤੁਸੀਂ ਕਦੇ ਵੀ ਕਾਲਜ ਨਹੀਂ ਜਾ ਸਕੋਗੇ ਚਾਹੇ ਮੈਂ ਕਾਲਜ ਜਾਵਾਂ ਜਾਂ ਨਾ ਜਾਵਾਂ ਉਨੇ ਜਵਾਬ ਦਿੱਤਾ ਮੈਂ ਅਮੀਰ ਬਣ ਕੇ ਦਿਖਾਵਾਂਗਾ ਜੇਕਰ ਤੁਸੀਂ ਗ੍ਰੈਜੂਏਟ ਨਹੀਂ ਹੋਗੇ ਤਾਂ ਤੁਹਾਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੇਗੀ ਮੈਂ ਇੱਕ ਮਾਂ ਵਾਂਗ ਫਿਕਰਮੰਦ ਤੇ ਪੈਪੀਦ ਹੋ ਕੇ ਕਿਹਾ ਬਗੈਰ ਚੰਗੀ ਨੌਕਰੀ ਦੇ ਤੂੰ ਕਿਵੇਂ ਅਮੀਰ ਬਣਨ ਦੇ ਸੁਪਨੇ ਦੇਖ ਸਕਦਾ ਹੈ ਮੇਰੇ ਬੇਟੇ ਨੇ ਮੁਸਕਰਾਉਂਦੇ ਆਪਣੇ ਸਿਰ ਨੂੰ ਨੀਰਸ ਜਿਹੇ ਅੰਦਾਜ਼ ਨਾਲ ਹਿਲਾਇਆ ਅਸੀਂ ਇਹ ਚਰਚਾ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਸੀ ਉਹਨੇ ਆਪਣੇ ਸਿਰ ਨੂੰ ਝੁਕਾਇਆ ਤੇ ਆਪਣੀ ਅੱਖਾਂ ਘੁਮਾਉਣ ਲੱਗਾ ਮੇਰੀ ਸਿਆਣ ਭਰੀ ਸਲਾਹ ਇੱਕ ਵਾਰੀ ਫੇਰ ਉਹਦੇ ਕੰਨਾਂ ਰਾਈ ਅੰਦਰ ਨਹੀਂ ਜਾ ਰਹੀ ਸੀ ਹਾਲਾਂਕਿ ਉਹ ਸਮਾਰਟ ਤੇ ਪ੍ਰਬਲ ਇੱਛਾ ਸ਼ਕਤੀ ਵਾਲਾ ਨੌਜਵਾਨ ਸੀ ਪਰ ਉਹਦੇ ਨਾਲ ਉਹ ਨਿਮਰ ਤੇ ਸਲੀਕੇ ਵਾਲਾ ਵੀ ਸੀ ਮੰਮੀ ਉਹਨੇ ਬੋਲਣਾ ਸ਼ੁਰੂ ਕੀਤਾ ਤੇ ਭਾਸ਼ਣ ਸੁਣਨ ਦੀ ਵਾਰੀ ਹੁਣ ਮੇਰੀ ਸੀ ਵਕਤ ਦੇ ਨਾਲ ਚੱਲੋ ਆਪਣੇ ਚਾਰੇ ਪਾਸੇ ਵੇਖੋ ਸਭ ਤੋਂ ਅਮੀਰ ਲੋਕ ਆਪਣੀ ਸਿੱਖਿਆ ਦੇ ਕਾਰਨ ਇੰਨੇ ਅਮੀਰ ਨਹੀਂ ਬਣੇ ਹਨ ਮਾਈਕਲ ਜਾਰਡਨ ਤੇ ਮੈਡੋਨਾ ਨੂੰ ਦੇਖੋ ਇਥੋਂ ਤੱਕ ਕਿ ਆਪਣੀ ਹਾਰਵਰਡ ਦੀ ਸਿੱਖਿਆ ਤੋਂ ਹੀ ਛੱਡ ਦੇਣ ਵਾਲੇ ਬਿਲ ਗੇਟਸ ਨੇ ਮਾਈਕਰੋਸਾਫਟ ਕਾਇਮ ਕੀਤਾ ਅੱਜ ਉਹ ਅਮਰੀਕਾ ਦਾ ਸਭ ਤੋਂ ਅਮੀਰ ਵਿਅਕਤੀ ਹੈ ਅਜੇ ਉਹਦੀ ਉਮਰ ਵੀ 30 ਤੋਂ 40 ਵਰਿਆਂ ਦੇ ਵਿੱਚ ਕਾਰੀ ਹੈ ਤੇ ਉਸ ਬੇਸਬਾਲ ਪਿਕਚਰ ਦੇ ਬਾਰੇ ਵੀ ਤੁਸੀਂ ਸੁਣਿਆ ਹੀ ਹੋਵੇਗਾ ਜਿਹੜਾ ਹਰ ਸਾਲ 40 ਲੱਖ ਡਾਲਰ ਤੋਂ ਜ਼ਿਆਦਾ ਕਮਾਉਂਦਾ ਹੈ ਜਦੋਂ ਕਿ ਉਹਦੇ ਉਸ ਤੇ ਦਿਮਾਗੀ ਤੌਰ ਉਤੇ ਕਮਜ਼ੋਰ ਹੋਣ ਦਾ ਲੇਬਲ ਲੱਗਿਆ ਹੋਇਆ ਹੈ ਅਸੀਂ ਦੋਵੇਂ ਬੜੀ ਦੇਰ ਤੱਕ ਚੁੱਪ ਰਹੇ ਹੁਣ ਮੈਨੂੰ ਇਹ ਸਮਝ ਆਉਣ ਲੱਗੀ ਕਿ ਮੈਂ ਆਪਣੇ ਬੱਚਿਆਂ ਨੂੰ ਉਹੀ ਸਲਾਹ ਦੇ ਰਹੀ ਹਾਂ ਜਿਹੜੀ ਮੇਰੇ ਮਾਪਿਓ ਨੇ ਮੈਨੂੰ ਦਿੱਤੀ ਸੀ ਸਾਡੇ ਚਾਰੇ ਪਾਸੇ ਦੀ ਦੁਨੀਆ ਬਦਲ ਰਹੀ ਸੀ ਪਰ ਸਾਡੀ ਸਲਾਹ ਨਹੀਂ ਚੰਗੀ ਸਿੱਖਿਆ ਤੇ ਚੰਗੇ ਗ੍ਰੇਡ ਹਾਸਲ ਕਰਨਾ ਹੁਣ ਸਫਲਤਾ ਦੀ ਗਾਰੰਟੀ ਨਹੀਂ ਰਹਿ ਗਈ ਸੀ ਤੇ ਸਾਡੇ ਬੱਚਿਆਂ ਤੋਂ ਇਲਾਵਾ ਇਹ ਗੱਲ ਕਿਸੇ ਨੂੰ ਹੀ ਸਮਝ ਨਹੀਂ ਸੀ ਆ ਸਕੀ ਮੰਮੀ ਉਹਨੇ ਅੱਗੇ ਕਿਹਾ ਮੈਂ ਤੁਹਾਡੇ ਤੇ ਡੈਡੀ ਵਾਂਗ ਕਰੜੀ ਮਿਹਨਤ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਕਾਫੀ ਪੈਸਾ ਮਿਲਦਾ ਹੈ ਤੇ ਅਸੀਂ ਖ ਸ਼ਾਨਦਾਰ ਮਕਾਂਚਵੀ ਰਹਨੇ ਆ ਜਿਸ ਚ ਬੜਾ ਕੀਮਤੀ ਸਮਾਨ ਹੈ ਜੇਕਰ ਮੈਂ ਤੁਹਾਡੀ ਸਲਾਹ ਮੰਨਾਂਗਾ ਤਾਂ ਮੇਰੇ ਨਾਲ ਵੀ ਤੁਹਾਡੇ ਵਾਂਗ ਹੀ ਹੋਏਗਾ ਮੈਨੂੰ ਵੀ ਜ਼ਿਆਦਾ ਮਿਹਨਤ ਕਰਨੀ ਪਵੇਗੀ ਤਾਂ ਜੋ ਮੈਂ ਜ਼ਿਆਦਾ ਟੈਕਸ ਭਰ ਸਕਾਂ ਤੇ ਕਰਜ਼ ਵਿੱਚ ਡੁੱਬ ਜਾਵਾਂ ਉਂਝ ਵੀ ਅੱਜ ਦੀ ਦੁਨੀਆ ਅੰਦਰ ਨੌਕਰੀ ਕਿੱਥੇ ਸੁਰੱਖਿਅਤ ਰਹਿ ਗਈ ਹੈ ਮੈਂ ਇਹ ਜਾਣਦਾ ਕਿ ਨਿੱਕੇ ਤੇ ਠੀਕਾਕਾਰ ਦੀ ਫਰਮ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਵੀ ਜਾਣਦਾ ਕਿ ਅਜੋਕੇ ਦੌਰ ਚ ਕਾਲਜ ਦੀ ਗ੍ਰੈਜੂਏਟਸ ਨੂੰ ਘੱਟ ਤਨਖਾਹ ਮਿਲਦੀ ਹੈ ਜਦ ਕਿ ਤੁਹਾਡੇ ਜ਼ਮਾਨੇ 'ਚ ਉਹਨਾਂ ਨੂੰ ਤਨਖਾਹ ਜ਼ਿਆਦਾ ਮਿਲਿਆ ਕਰਦੀ ਸੀ ਡਾਕਟਰਾਂ ਨੂੰ ਦੇਖੋ ਉਹ ਹੁਣ ਇੰਨਾ ਪੈਸਾ ਨਹੀਂ ਕਮਾ ਪਾਉਂਦੇ ਜਿੰਨਾ ਪਹਿਲਾਂ ਕਦੇ ਕਮਾਇਆ ਕਰਦੇ ਸਨ ਮੈਂ ਜਾਣਦਾ ਮੈਂ ਰਿਟਾਇਰਮੈਂਟ ਲਈ ਸਮਾਜਿਕ ਸੁਰੱਖਿਆ ਜਾਂ ਕੰਪਨੀ ਪੈਨਸ਼ਨ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਆਪਣੇ ਸਵਾਲਾਂ ਦੇ ਮੈਨੂੰ ਨਵੇਂ ਜਵਾਬ ਚਾਹੀਦੇ ਆ ਉਹ ਠੀਕ ਸੀ ਉਹਨੂੰ ਨਵੇਂ ਜਵਾਬ ਚਾਹੀਦੇ ਸੀ ਤੇ ਮੈਨੂੰ ਵੀ ਮੇਰੇ ਮਾਪਿਓ ਦੀ ਸਲਾਹ ਉਹਨਾਂ ਲੋਕਾਂ ਲਈ ਠੀਕ ਹੋ ਸਕਦੀ ਸੀ ਜਿਹੜੇ 1945 ਤੋਂ ਪਹਿਲਾਂ ਪੈਦਾ ਹੋਏ ਸਨ ਪਰ ਇਹ ਉਹਨਾਂ ਲੋਕਾਂ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਸੀ ਜਿਨ੍ਹਾਂ ਨੇ ਦਿਨ-ਬਦਨ ਬਦਲ ਰਹੀ ਦੁਨੀਆ 'ਚ ਜਨਮ ਲਿਆ ਸੀ ਹੁਣ ਮੈਂ ਆਪਣੇ ਬੱਚਿਆਂ ਨੂੰ ਇਹ ਸਿੱਧੀ ਜੀ ਗੱਲ ਨਹੀਂ ਸਿਖਾ ਸਕਦੀ ਸਕੂਲ ਜਾਓ ਚੰਗੇ ਗ੍ਰੇਡ ਹਾਸਲ ਕਰੋ ਤੇ ਕਿਸੇ ਸੁਰੱਖਿਅਤ ਨੌਕਰੀ ਦੀ ਭਾਲ ਕਰੋ ਮੈਂ ਜਾਣਦੀ ਸੀ ਕਿ ਮੈਨੂੰ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਠੀਕ ਦਿਸ਼ਾ ਦੇਣ ਲਈ ਨਵੇਂ ਤਰੀਕਿਆਂ ਦੀ ਭਾਲ ਕਰਨੀ ਪੈਗੀ ਇੱਕ ਮਾਂ ਤੇ ਇੱਕ ਅਕਾਊਂਟੈਂਟ ਹੋਣ ਦੇ ਨਾਤੇ ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਸਕੂਲ 'ਚ ਬੱਚਿਆਂ ਨੂੰ ਆਰਥਿਕ ਜਾਂ ਵਿੱਤੀ ਸਿੱਖਿਆ ਨਹੀਂ ਦਿੱਤੀ ਜਾਂਦੀ ਹਾਈ ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਪਹਿਲਾਂ ਹੀ ਅੱਜ ਦੇ ਨੌਜਵਾਨਾਂ ਕੋਲ ਆਪਣਾ ਕ੍ਰੈਡਿਟ ਕਾਰਡ ਹੁੰਦਾ ਹੈ ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਕਦੇ ਵੀ ਵਿੱਤ ਸੰਬੰਧੀ ਸਿਲੇਬਸ 'ਚ ਭਾਗ ਨਹੀਂ ਲਿਆ ਹੁੰਦਾ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ 'ਚ ਕਿਵੇਂ ਨਿਵੇਸ਼ ਕੀਤਾ ਜਾਂਦਾ ਇਸ ਗੱਲ ਦਾ ਗਿਆਨ ਹੋਣਾ ਤਾਂ ਦੂਰ ਦੀ ਗੱਡੀ ਹੈ ਕਿ ਕ੍ਰੈਡਿਟ ਕਾਰਡ ਤੇ ਚੱਕਰਬ੍ਰਿਧੀ ਵਿਆਜ ਦੀ ਗਿਣਨਾ ਕਿਵੇਂ ਕੀਤੀ ਜਾਂਦੀ ਹੈ ਇਹਨੂੰ ਆਮ ਭਾਸ਼ਾ ਚ ਕਹੀਏ ਤਾਂ ਉਹਨਾਂ ਨੂੰ ਆਰਥਿਕ ਸਬੰਧੀ ਸਿੱਖਿਆ ਨਹੀਂ ਮਿਲਦੀ ਤੇ ਇਹ ਗਿਆਨ ਵੀ ਨਹੀਂ ਹੁੰਦਾ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਇਨ ਜੋ ਉਸ ਦੁਨੀਆ ਦਾ ਸਾਹਮਣਾ ਕਰਨ ਲਈ ਕਦੇ ਵੀ ਤਿਆਰ ਨਹੀਂ ਹੋ ਪਾਉਂਦੇ ਜਿਹੜਾ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਇੱਕ ਇਹੋ ਜਿਹੀ ਦੁਨੀਆ ਜਿਸ ਚ ਬੱਚਤ ਤੋਂ ਜ਼ਿਆਦਾ ਮਹੱਤਵ ਖਰਚ ਨੂੰ ਦਿੱਤਾ ਜਾਂਦਾ ਜਦੋਂ ਮੇਰਾ ਸਭ ਤੋਂ ਵੱਡਾ ਬੇਟਾ ਕਾਲਜ ਦੇ ਸ਼ੁਰੂਆਤੀ ਦਿਨਾਂ ਚ ਆਪਣੇ ਕ੍ਰੈਡਿਟ ਕਾਰਡ ਨੂੰ ਲੈ ਕੇ ਕਰਜ਼ੇ 'ਚ ਡੁੱਬ ਗਿਆ ਤਾਂ ਮੈਂ ਉਹਦੇ ਕ੍ਰੈਡਿਟ ਕਾਰਡ ਨੂੰ ਨਸ਼ਟ ਕਰਨ 'ਚ ਉਹਦੀ ਸਹਾਇਤਾ ਕੀਤੀ ਨਾਲੇ ਮੈਂ ਇਹੋ ਜਿਹੀ ਤਰਕੀਬ ਵੀ ਲੱਭਣ ਲੱਗ ਪਈ ਜਿਸ ਨਾਲ ਮੇਰੇ ਬੱਚਿਆਂ ਨੂੰ ਪੈਸੇ ਦੀ ਸਮਝ ਆ ਸਕੇ ਪਿਛਲੇ ਸਾਲ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਆਪਣੇ ਆਫਿਸ ਤੋਂ ਫੋਨ ਕੀਤਾ ਮੇਰੇ ਸਾਹਮਣੇ ਇੱਕ ਵਿਅਕਤੀ ਬੈਠਾ ਹੈ ਤੇ ਮੈਨੂੰ ਲੱਗਦਾ ਹੈ ਕਿ ਤੂੰ ਉਹਨੂੰ ਮਿਲਣਾ ਚਾਹੇਂਗੀ ਉਹਨਾਂ ਨੇ ਕਿਹਾ ਉਹਦਾ ਨਾਮ ਰੌਬਰਟ ਕਿਓਸਾਕੀ ਹੈ ਉਹ ਇੱਕ ਵਪਾਰੀ ਤੇ ਨਿਵੇਸ਼ਕ ਹੈ ਇੱਕ ਸਿੱਖਿਆਕ ਉਤਪਾਦ ਦਾ ਪੇਟੈਂਟ ਕਰਵਾਉਣਾ ਚਾਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਤੂੰ ਇਸੇ ਚੀਜ਼ ਦੀ ਤਲਾਸ਼ ਕਰ ਰਹੀ ਸੀ ਜਿਸ ਦੀ ਮੈਨੂੰ ਤਲਾਸ਼ ਸੀ। ਮੇਰਾ ਪਤੀ ਮਾਈਕਲ ਰੌਬਰਟ ਕਿਓਸਾਕੀ ਦੁਆਰਾ ਬਣਾਏ ਜਾ ਰਹੇ ਨਵੇਂ ਵਿੱਦਿਅਕ ਉਤਪਾਦ ਕੈਸ਼ ਫਲੋ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਸੀ ਕਿ ਉਹਨਾਂ ਦੇ ਉਹਨਾਂ ਨੇ ਇਹਦੇ ਪਰਖਣ ਲਈ ਸਾਨੂੰ ਬੁਲਾ ਲਿਆ। ਇੱਕ ਸਿੱਖਿਆਕ ਖੇਡ ਸੀ ਇਸ ਲਈ ਮਸਥਾਨਕ ਯੂਨੀਵਰਸਿਟੀ 'ਚ ਪੜ੍ਹ ਰਹੀ ਆਪਣੀ 19 ਸਾਲਾਂ ਦੀ ਧੀ ਨੂੰ ਵੀ ਪੁੱਛਿਆ ਕਿ ਉਹ ਤੇ ਮੇਰੇ ਨਾਲ ਚੱਲੇਗੀ ਉਹ ਤਿਆਰ ਹੋ ਗਈ ਇਸ ਖੇਡ 'ਚ ਅਸੀਂ ਤਕਰੀਬਨ 15 ਲੋਕ ਸੀ ਜਿਹੜੇ ਤਿੰਨ ਸਮੂਹਾਂ 'ਚ ਵੰਡੇ ਹੋਏ ਸੀ ਮਾਈਕਲ ਸਹੀ ਸੀ ਮੈਂ ਇਸੇ ਤਰ੍ਹਾਂ ਦੇ ਹੀ ਵਿਦਿਅਕ ਉਤਪਾਦ ਨੂੰ ਲੱਭ ਰਹੀ ਸੀ ਕਿ ਕਿਸੇ ਰੰਗੀਨ ਮੋਨੋਪਲੀ ਬੋਰਡ ਵਰਗਾ ਲੱਗ ਰਿਹਾ ਸੀ ਜਿਹਦੇ ਵਿੱਚ ਘਾਰ ਇੱਕ ਵੱਡਾ ਜਿਹਾ ਚੂਹਾ ਸੀ ਪਰ ਮੋਨੋਪਲੀ ਤੋਂ ਇਸ ਤਰ੍ਹਾਂ ਵੱਖਰਾ ਸੀ ਕਿ ਇਸ 'ਚ ਦੋ ਰਾਹ ਸੀ ਇਕੰਦਰ ਦਾ ਦੂਜਾ ਬਾਅਦ ਦਾ ਖੇਡਣ ਦਾ ਉਦੇਸ਼ ਸੀ ਅੰਦਰ ਵਾਲੇ ਰਾਹ ਤੋਂ ਬਾਹਰ ਨੂੰ ਨਿਕਲਣਾ ਖੇਡਣ ਦਾ ਉਦੇਸ਼ ਸੀ ਅੰਦਰ ਵਾਲੇ ਰਾਹ ਤੋਂ ਬਾਹਰ ਨੂੰ ਨਿਕਲਣਾ ਜਿਸ ਨੂੰ ਰੌਬਰਟ ਚੂਹਾ ਦੌੜ ਕਹਿੰਦਾ ਸੀ ਤੇ ਬਾਹਰੀ ਰਾਹ ਤੇ ਪੁੱਜਣਾ ਜਾਂ ਤੇਜ਼ ਰਾਹ ਉੱਤੇ ਜਾਣਾ ਰੌਬਰਟ ਦੇ ਮੁਤਾਬਕ ਤੇਜ਼ ਰਾਹ ਸਾਨੂੰ ਇਹ ਦੱਸਦੀ ਹੈ ਕਿ ਅਸਲ ਜ਼ਿੰਦਗੀ 'ਚ ਅਮੀਰ ਲੋਕ ਕਿਵੇਂ ਪੈਸਿਆਂ ਦਾ ਖੇਡ-ਖੇਡਦੇ ਹਨ ਰੌਬਰਟ ਨੇ ਸਾਨੂੰ ਚੂਹਾ ਦੌੜ ਬਾਰੇ ਦੱਸਿਆ ਜੇਕਰ ਤੁਸੀਂ ਕਿਸੇ ਵੀ ਆਸਤ ਤੌਰ ਉਤੇ ਸਖਿਅਤ ਕਰੜੀ ਮਿਹਨਤ ਕਰਨ ਵਾਲੇ ਵਿਅਕਤੀ ਦੀ ਜ਼ਿੰਦਗੀ ਨੂੰ ਦੇਖੋ ਤਾਂ ਉਸ ਤੋਂ ਤੁਹਾਨੂੰ ਇੱਕ ਇੱਕੋ ਜਿਹਾ ਹੀ ਸਫ਼ਰ ਦਿਖੇਗਾ ਬੱਚਾ ਜਨਮ ਲੈਂਦਾ ਹੈ ਸਕੂਲ ਜਾਂਦਾ ਹੈ ਮਾਪਿਓ ਖੁਸ਼ ਹੋ ਜਾਂਦੇ ਹੈ ਕਿਉਂਕਿ ਬੱਚੇ ਨੂੰ ਸਕੂਲ ਚ ਚੰਗੇ ਨੰਬਰ ਮਿਲਦੇ ਹੈ ਉਹਦਾ ਦਾਖਲਾ ਕਾਲਜ ਚ ਹੋ ਜਾਂਦਾ ਹੈ ਬੱਚਾ ਗ੍ਰੈਜੂਏਟ ਹੋ ਜਾਂਦਾ ਹੈ ਫਿਰ ਯੋਜਨਾ ਅਨੁਸਾਰ ਕੰਮ ਕਰਨ ਲੱਗਦਾ ਹੈ ਉਹ ਕਿਸੇ ਆਸਾਨ ਸੁਰੱਖਿਅਤ ਨੌਕਰੀ ਜਾਂ ਕੈਰੀਅਰ ਦੀ ਭਾਲ ਕਰਦਾ ਹੈ ਤੇ ਬੱਚੇ ਨੂੰ ਇਹੋ ਜਿਹਾ ਕੰਮ ਵੀ ਮਿਲ ਜਾਂਦਾ ਹੈ ਸ਼ਾਇਦ ਉਹ ਡਾਕਟਰ ਜਾਂ ਵਕੀਲ ਬਣ ਜਾਂਦਾ ਹੈ ਜਾਂ ਫਿਰ ਉਹ ਮਿਲਟਰੀ ਚ ਭਰਤੀ ਹੋ ਜਾਂਦਾ ਹੈ ਜਾਂ ਫਿਰ ਉਹ ਸਰਕਾਰੀ ਨੌਕਰੀ ਕਰਨ ਲੱਗਦਾ ਹੈ ਬੱਚਾ ਪੈਸਾ ਕਮਾਉਣ ਲੱਗਦਾ ਹੈ ਉਹਦੇ ਕੋਲ ਢੇਰ ਸਾਰੇ ਕ੍ਰੈਡਿਟ ਕਾਰਡ ਆਉਣ ਲੱਗਦੇ ਆ ਜੇਕਰ ਉਹਨੇ ਹੁਣ ਤਾਈਂ ਖਰੀਦਦਾਰੀ ਕਰਨੀ ਸ਼ੁਰੂ ਨਹੀਂ ਕੀਤੀ ਤਾਂ ਹੁਣ ਉਹ ਡਟ ਕੇ ਖਰੀਦਦਾਰੀ ਕਰਨੀ ਵੀ ਸ਼ੁਰੂ ਕਰ ਦਿੰਦਾ ਹੈ ਖਰਚ ਕਰਨ ਲਈ ਪੈਸਾ ਕੋਲ ਹੁੰਦਾ ਤਾਂ ਉਹ ਨਾ ਥਾਵਾ ਉੱਤੇ ਜਾਂਦਾ ਜਿੱਥੇ ਉਹਦੀ ਉਮਰ ਦੇ ਜ਼ਿਆਦਾਤਰ ਨੌਜਵਾਨ ਜਾਂਦੇ ਆ ਲੋਕਾਂ ਨੂੰ ਮਿਲਦੇ ਐ ਡੇਟਿੰਗ ਕਰਦੇ ਐ ਕਦੇ ਕਦਾਈ ਵਿਆਹ ਵੀ ਕਰ ਲੈਂਦੇ ਐ ਹੁਣ ਜ਼ਿੰਦਗੀ 'ਚ ਮਜ਼ਾ ਆਉਣ ਲੱਗ ਜਾਂਦਾ ਐ ਕਿਉਂਕਿ ਅੱਜਕੱਲ ਪੁਰਸ਼ ਤੇ ਇਸਤਰੀ ਦੋਵੇਂ ਨੌਕਰੀ ਕਰਦੇ ਹਨ ਦੋ ਤਨਖਾਹਾਂ ਬੜੀਆਂ ਚੰਗੀਆਂ ਲੱਗਦੀਆਂ ਹਨ ਪਤੀ ਪਤਨੀ ਦੋਨਾਂ ਨੂੰ ਲੱਗਦਾ ਐ ਕਿ ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਐ ਉਹਨਾਂ ਨੂੰ ਆਪਣਾ ਭਵਿੱਖ ਸੁਨਹਿਰਾ ਨਜ਼ਰ ਆਉਂਦਾ ਐ ਹੁਣ ਉਹ ਘਰ ਕਾਰ ਟੈਲੀਵਿਜ਼ਨ ਖਰੀਦਣ ਦਾ ਫੈਸਲਾ ਲੈਂਦੇ ਹਨ ਛੁੱਟੀਆਂ ਮਨਾਉਣ ਲਈ ਕਿਤੇ ਚਲੇ ਜਾਂਦੇ ਹਨ ਤੇ ਫਿਰ ਉਹਨਾਂ ਦੇ ਬੱਚੇ ਹੋ ਜਾਂਦੇ ਐ ਬੱਚਿਆਂ ਦੇ ਨਾਲ ਉਹਨਾਂ ਦੇ ਖਰਚੇ ਵੀ ਵੱਧ ਜਾਂਦੇ ਹਨ ਖੁਸ਼ਹਾਲ ਪਤੀ ਪਤਨੀ ਸੋਚਦੇ ਹਨ ਕਿ ਜ਼ਿਆਦਾ ਪੈਸਾ ਕਮਾਉਣ ਲਈ ਹੁਣ ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ ਉਹਨਾਂ ਦਾ ਕੈਰੀਅਰ ਹੁਣ ਉਹਨਾਂ ਲਈ ਜ਼ਿਆਦਾ ਮਾਇਨੇ ਰੱਖਦਾ ਹੈ ਉਹ ਆਪਣੇ ਕੰਮ 'ਚ ਜ਼ਿਆਦਾ ਮਿਹਨਤ ਕਰਨ ਲੱਗਦੇ ਹੈ ਤਾਂ ਜੋ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਜਾਏ ਜਾਂ ਉਹਨਾਂ ਦੀਆਂ ਤਨਖਾਹਾਂ ਵੱਧ ਜਾਣ ਤਨਖਾਹ ਵਧਦੀ ਹੈ ਪਰ ਉਹਦੇ ਨਾਲ ਹੀ ਦੂਜਾ ਬੱਚਾ ਜਨਮ ਲੈ ਲੈਂਦਾ ਹੈ ਹੁਣ ਉਹਨਾਂ ਨੂੰ ਇੱਕ ਵੱਡੇ ਘਰ ਦੀ ਲੋਡ ਮਹਿਸੂਸ ਹੁੰਦੀ ਹੈ ਉਹ ਨੌਕਰੀ 'ਚ ਹੋਰ ਵੀ ਜ਼ਿਆਦਾ ਮਿਹਨਤ ਕਰਨਦੇ ਹੈ ਵਧੀਆ ਵਰਕਰ ਬਣ ਜਾਂਦੇ ਐ ਤੇ ਜ਼ਿਆਦਾ ਮਨ ਲਾ ਕੇ ਕੰਮ ਕਰਨ ਲੱਗ ਜਾਂਦੇ ਐ। ਜ਼ਿਆਦਾ ਮਹਾਰਤ ਹਾਸਲ ਕਰਨ ਲਈ ਉਹ ਇੱਕ ਵਾਰ ਫੇਰ ਕਿਸੇ ਸਕੂਲ 'ਚ ਜਾਂਦੇ ਐ। ਉਹ ਹੋਰ ਜ਼ਿਆਦਾ ਪੈਸਾ ਕਮਾ ਸਕਣ। ਹੋ ਸਕਦਾ ਉਹ ਦੂਜਾ ਕੰਮ ਵੀ ਲੱਭ ਲੈਣ। ਉਹਨਾਂ ਦੀ ਆਮਦਨ ਵਧ ਜਾਂਦੀ ਐ ਪਰ ਉਹ ਸਾਬਦਨ ਤੇ ਉਹਨਾਂ ਨੂੰ ਇਨਕਮ ਟੈਕਸ ਚੁਕਾਉਣਾ ਪੈਂਦਾ। ਇੰਨਾ ਹੀ ਨਹੀਂ। ਉਹਨਾਂ ਨੇ ਜਿਹੜਾ ਵੱਡਾ ਘਰ ਖਰੀਦਿਆ ਉਸ ਉੱਤੇ ਵੀ ਟੈਕਸ ਦੇਣਾ ਹੁੰਦਾ। ਇਹਦੇ ਇਲਾਵਾ ਉਹਨਾਂ ਨੂੰ ਸਮਾਜਿਕ ਸੁਰੱਖਿਆ ਟੈਕਸ ਦਾ ਚੁਕਾਉਣਾ ਹੀ ਐ। ਇਸੇ ਤਰ੍ਹਾਂ ਬਹੁਤ ਸਾਰੇ ਟੈਕਸ ਚੁਕਾਉਂਦੇ ਚੁਕਾਉਂਦੇ ਉਹਨਾਂ ਦੀ ਤਨਖਾਹ ਘੱਟ ਪੈ ਜਾਂਦੀ ਹੈ। ਉਹ ਆਪਣੀ ਵਧੀ ਹੋਈ ਤਨਖਾਹ ਲੈ ਕੇ ਘਰ ਆਉਂਦੇ ਨੇ ਪਰ ਹੈਰਾਨ ਹੁੰਦੇ ਨੇ ਕਿੰਨਾ ਸਾਰਾ ਪੈਸਾ ਆਖਰ ਕਿੱਥੇ ਚਲਾ ਜਾਂਦਾ ਹੈ। ਭਵਿੱਖ ਵਾਸਤੇ ਬੱਚਤ ਦੇ ਹਿਸਾਬ ਨਾਲ ਉਹ ਕੁਝ ਮਿਊਚੁਅਲ ਫੰਡ ਵੀ ਖਰੀਦ ਲੈਂਦੇ ਆ ਤੇ ਆਪਣੇ ਕ੍ਰੈਡਿਟ ਕਾਰਡ ਤੋਂ ਘਰ ਦਾ ਕਿਰਿਆਣਾ ਖਰੀਦਦੇ ਆ। ਉਹਨਾਂ ਦੇ ਬੱਚਿਆਂ ਦੀ ਉਮਰ ਹੁਣ 5 ਜਾਂ 6 ਸਾਲ ਹੋ ਜਾਂਦੀ ਹੈ। ਇਹ ਫਿਕਰ ਵੀ ਉਹਨਾਂ ਨੂੰ ਸਤਾਉਣ ਲੱਗਦਾ ਹੈ ਕਿ ਬੱਚਿਆਂ ਦੇ ਕਾਲਜ ਦੀ ਸਿੱਖਿਆ ਲਈ ਬੱਚਤ ਨੁੜੀਦੀ ਹੈ। ਇਹਦੇ ਨਾਲ ਹੀ ਉਹਨਾਂ ਨੂੰ ਆਪਣੇ ਰਿਟਾਇਰਮੈਂਟ ਵਾਸਤੇ ਵੀ ਪੈਸਾ ਬਚਾਉਣ ਦੀ ਫਿਕਰ ਹੋਣ ਦਾ ਸਤਾਉਣ ਲੱਗਦੀ ਹੈ। 35 ਸਾਲ ਪਹਿਲਾਂ ਪੈਦਾ ਹੋਇਆ ਇਹ ਖੁਸ਼ਹਾਲ ਜੋੜਾ ਹੁਣ ਆਪਣੀ ਨੌਕਰੀ ਦੇ ਬਾਕੀ ਦਿਨ ਚੂਹਾ ਡੌੜ 'ਚ ਫਸ ਕੇ ਬਤੀਤ ਕਰਦਾ ਹੈ। ਹੁਣ ਉਹ ਆਪਣੀ ਕੰਪਨੀ ਦੇ ਮਾਲਕਾਂ ਲਈ ਕੰਮ ਕਰਦੇ ਆ, ਸਰਕਾਰ ਨੂੰ ਟੈਕਸ ਇਕੱਠਾ ਕਰਨ ਲਈ ਕੰਮ ਕਰਦੇ ਆ, ਬੈਂਕ 'ਚ ਆਪਣੇ ਗਹਿਣੇ ਰੱਖੀ ਸੰਪਤੀ ਤੇ ਕ੍ਰੈਡਿਟ ਕਾਰਡ ਦੇ ਕਰਜ਼ ਨੂੰ ਚੁਕਾਉਣ ਲਈ ਕੰਮ ਕਰਦੇ ਆ। ਫਿਰ ਉਹ ਆਪਣੇ ਬੱਚਿਆਂ ਨੂੰ ਸਲਾਹ ਦਿੰਦੇ ਆ ਕਿ ਉਹਨਾਂ ਨੂੰ ਮਨ ਲਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਚੰਗੇ ਨੰਬਰ ਲੈਣੇ ਚਾਹੀਦੇ ਤੇ ਕਿਸੇ ਸੁਰੱਖਿਅਤ ਨੌਕਰੀ ਦੀ ਪਾਲ ਕਰਨੀ ਚਾਹੀਦੀ ਹੈ ਉਹ ਪੈਸਿਆਂ ਬਾਬਤ ਕੁਝ ਵੀ ਨਹੀਂ ਸਿਖਦੇ ਤੇ ਇਸ ਲਈ ਉਹ ساری ਜ਼ਿੰਦਗੀ ਕਰੜੀ ਮਿਹਨਤ ਕਰਦੇ ਰਹਿੰਦੇ ਆ ਇਹ ਪ੍ਰਕਿਰਿਆ ਪੀੜੀ ਦਰ ਪੀੜੀ ਚੱਲਦੀ ਰਹਿੰਦੀ ਐ ਇਸੇ ਨੂੰ ਚੂਹਾ ਦੌੜ ਕਿਹਾ ਜਾਂਦਾ ਹੈ ਚੂਹਾ ਦੌੜ ਤੋਂ ਨਿਕਲਣ ਦਾ ਕੋਈ ਤੰਗ ਹੈ ਉਹ ਇਹ ਕਿ ਤੁਸੀਂ ਅਕਾਊਂਟਸ ਤੇ ਇਨਵੈਸਟਮੈਂਟਸ ਦੋਵੇਂ ਖੇਤਰਾਂ 'ਚ ਮਾਹਰ ਹੋ ਜਾਓ ਪ੍ਰੇਸ਼ਾਨੀ ਤਾਂ ਇਹ ਹੈ ਕਿ ਨਾ ਦੋਨਾਂ ਹੀ ਵਿਸ਼ਿਆਂ ਨੂੰ ਬੋਰਿੰਗ ਤੇ ਕਠਨ ਮੰਨਿਆ ਜਾਂਦਾ ਮੈਂ ਆਪ ਇੱਕ ਸੀਪੀਏ ਹਾਂ ਤੇ ਮੈਂ ਬਿਗ 8 ਅਕਾਊਂਟਿੰਗ ਫਰਮ ਵਾਸਤੇ ਕੰਮ ਕੀਤਾ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਰੌਬਰਟ ਨੇ ਇਹਨਾਂ ਦੋਨਾਂ ਬੋਰਿੰਗ ਤੇ ਕਠਨ ਵਿਸ਼ਿਆਂ ਨੂੰ ਸਿੱਖਣਾ ਕਿੰਨਾ ਰੌਚਕ ਆਸਾਨ ਤੇ ਰੋਮਾਂਚਿਕ ਬਣਾ ਦਿੱਤਾ ਸਿੱਖਣ ਦੀ ਪ੍ਰਕਿਰਿਆ ਇੰਨੀ ਚੰਗੀ ਤਰ੍ਹਾਂ ਛੁਪਾ ਲਈ ਗਈ ਸੀ ਕਿ ਜਦੋਂ ਅਸੀਂ ਚੂਹਾ ਦੌੜ ਤੋਂ ਬਾਹਰ ਨਿਕਲਣ ਲਈ ਜੀ-ਜਾਨ ਲਾ ਰਹੇ ਸੀ ਤਾਂ ਵੀ ਸਾਨੂੰ ਇਹ ਧਿਆਨ ਨਹੀਂ ਰਿਹਾ ਸੀ ਕਿ ਅਸੀਂ ਕੁਝ ਸਿੱਖ ਰਹੇ ਹਾਂ। ਸ਼ੁਰੂਆਤ 'ਚ ਤਾਂ ਅਸੀਂ ਇੱਕ ਨਵੇਂ ਵਿੱਦਿਆ ਖੇਡ ਦਾ ਪਰਖਣ ਹੀ ਕਰ ਰਹੇ ਸੀ ਪਰ ਛੇਤੀ ਇਸ ਖੇਡ 'ਚ ਮੈਨੂੰ ਤੇ ਮੇਰੀ ਧੀ ਨੂੰ ਮਜ਼ਾ ਆਉਣ ਲੱਗਾ। ਖੇਡਾਂ ਦੌਰਾਨ ਅਸੀਂ ਦੋਵੇਂ ਇਹੋ ਜਿਹੇ ਵਿਸ਼ਿਆਂ 'ਤੇ ਗੱਲਾਂ ਕਰ ਰਹੇ ਸੀ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਕਦੇ ਨਹੀਂ ਸੀ ਗੱਲਾਂ ਕੀਤੀਆਂ। ਇੱਕ ਅਕਾਊਂਟੈਂਟ ਹੋਣ ਦੇ ਕਾਰਨ ਇਨਕਮ ਸਟੇਟਮੈਂਟ ਤੇ ਬੈਲੈਂਸ ਸ਼ੀਟ ਨਾਲ ਜੁੜਿਆ ਖੇਡ-ਖੇਡਣ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਮੈਂ ਖੇਡ ਦੇ ਸੂਲਾਂ ਤੇ ਬਰੀਕੀਆਂ ਨੂੰ ਆਪਣੀ ਧੀ ਤੇ ਦੂਜੇ ਲੋਕਾਂ ਨੂੰ ਸਮਝਾਉਣ 'ਚ ਸਹਾਇਤਾ ਵੀ ਕੀਤੀ। ਉਸ ਦਿਨ ਮੈਂ ਚੂਹਾ ਦੌੜ ਤੋਂ ਸਭ ਤੋਂ ਪਹਿਲਾਂ ਬਾਹਰ ਨਿਕਲੀ ਤੇ ਕੇਵਲ ਮੈਂ ਹੀ ਬਾਹਰ ਨਿਕਲ ਸਕੀ। ਬਾਹਰ ਨਿਕਲਣ 'ਚ ਮੈਨੂੰ 50 ਮਿੰਟ ਦਾ ਸਮਾਂ ਲੱਗਿਆ। ਹਾਲਾਂਕਿ ਖੇਡ ਤਕਰੀਬਨ 3 ਘੰਟੇ ਚੱਲੀ। ਮੇਰੇ ਟੇਬਲ ਤੇ ਇੱਕ ਬੈਂਕਰ ਬੈਠਾ ਸੀ। ਇਸ ਤੋਂ ਇਲਾਵਾ ਇੱਕ ਕਾਰੋਬਾਰੀ ਕੰਪਿਊਟਰ ਪ੍ਰੋਗਰਾਮਰ ਵੀ ਮੈਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਇਹਨਾਂ ਲੋਕਾਂ ਨੂੰ ਅਕਾਊਂਟਿੰਗ ਜਾਂ ਇਨਵੈਸਟਮੈਂਟ ਦੇ ਬਾਰੇ ਕਿੰਨੀ ਘੱਟ ਜਾਣਕਾਰੀ ਹੈ ਜਦਕਿ ਇਹ ਵਿਸ਼ੇ ਉਹਨਾਂ ਦੀ ਜ਼ਿੰਦਗੀ 'ਚ ਕਿੰਨੀ ਜ਼ਿਆਦਾ ਅਹਿਮੀਅਤ ਰੱਖਦੇ ਹੈ ਮੇਰੇ ਮਨ 'ਚ ਇਹ ਸਵਾਲ ਵੀ ਆ ਰਿਹਾ ਸੀ ਕਿ ਅਸਲ ਜ਼ਿੰਦਗੀ 'ਚ ਆਪਣੇ ਪੈਸੇ ਕੋਡੀ ਦਾ ਕਾਰੋਬਾਰ ਕਿਵੇਂ ਸੰਭਾਲਦੇ ਹੋਣਗੇ ਮੈਂ ਇਹ ਸਮਝ ਸਕਦੀ ਸੀ ਕਿ ਮੇਰੀ 19 ਸਾਲਾਂ ਦੀ ਧੀ ਕਿਉਂ ਨਹੀਂ ਜਾਣ ਸਕਦੀ ਸੀ ਪਰ ਇਹ ਲੋਕ ਤਾਂ ਉਹ ਤੋਂ ਦੁੱਗਣੀ ਉਮਰ ਦੇ ਸੀ ਤੇ ਉਹਨਾਂ ਨੂੰ ਇਹ ਗੱਲਾਂ ਸਮਝ ਆਉਣੀਆਂ ਚਾਹੀਦੀਆਂ ਸੀ ਤੂਹਰ ਦੌਰ ਤੋਂ ਬਾਹਰ ਨਿਕਲਣ ਤੋਂ ਬਾਅਦ ਮੈਂ 2 ਘੰਟੇ ਅੰਤ ਤੱਕ ਆਪਣੀ ਧੀ ਇਹਨਾਂ ਸਿੱਖਿਆ ਤੇ ਸਿਆਣੇ ਅਮੀਰਾ ਨੂੰ ਕੌਡੀਆਂ ਸੁੱਟ ਕੇ ਤੇ ਆਪਣੇ ਬਾਜ਼ਾਰ ਨੂੰ ਫਿਲਾਉਂਦੇ ਦੇਖਦੀ ਰਹੀ ਹਾਲਾਂਕਿ ਮੈਂ ਖੁਸ਼ ਸੀ ਕਿ ਉਹ ਲੋਕ ਕੁਝ ਨਵਾਂ ਸਿੱਖ ਰਹੇ ਸਨ ਲੇਕਿਨ ਮੈਂ ਇਸ ਗੱਲ ਨਾਲ ਬੜੀ ਪਰੇਸ਼ਾਨ ਤੇ ਵਿਚਲਿਤ ਵੀ ਸੀ ਕਿ ਸਿਆਣੇ ਲੋਕ ਆਮ ਅਕਾਊਂਟਿੰਗ ਤੇ ਇਨਵੈਸਟਮੈਂਟ ਦੇ ਬੁਨਿਆਦੀ ਨੁਕਤਿਆਂ ਦੇ ਬਾਰੇ ਕਿੰਨਾ ਘੱਟ ਜਾਣਦੇ ਹੈ ਉਹਨਾਂ ਨੂੰ ਆਪਣੀ ਇਨਕਮ ਸਟੇਟਮੈਂਟ ਤੇ ਆਪਣੀ ਬੈਲੈਂਸ ਸ਼ੀਟ ਦੇ ਆਪਸੀ ਸਬੰਧਾਂ ਨੂੰ ਸਮਝਣ 'ਚ ਬੜਾ ਸਮਾਂ ਲੱਗਿਆ ਆਪਣੀ ਸੰਪਤੀ ਖਰੀਦਣ ਦੇ ਵਿਚੰਨ ਦੌਰਾਨ ਉਹਨਾਂ ਨੂੰ ਇਹ ਧਿਆਨ ਹੀ ਨਹੀਂ ਰਿਹਾ ਕਿ ਹਰ ਸੌਦੇ ਨਾਲ ਉਹਨਾਂ ਦੀ ਮਹੀਨੇ ਭਰ ਦੀ ਆਮਦਨੀ ਉੱਤੇ ਕਿੰਨਾ ਅਸਰ ਪੈਂਦਾ ਹੈ ਮੈਂ ਸੋਚਿਆ ਅਸਲ ਜ਼ਿੰਦਗੀ 'ਚ ਇਹੋ ਜਿਹੇ ਕਰੋੜਾ ਲੋਕੀ ਹੋਣਗੇ ਜਿਹੜੇ ਪੈਸੇ ਦੇ ਲਈ ਸਿਰਫ ਇਸ ਵਾਸਤੇ ਪਰੇਸ਼ਾਨ ਹੋ ਰਹੇ ਕਿਉਂਕਿ ਉਹਨਾਂ ਨੇ ਇਹ ਦੋਵੇਂ ਵਿਸ਼ੇ ਕਦੇ ਵੀ ਨਹੀਂ ਪੜ੍ਹੇ ਮੈਂ ਮਨ ਜੋ ਸੋਚਿਆ ਰੱਬ ਦਾ ਸ਼ੁਕਰ ਹੈ ਸਾਨੂੰ ਮਜ਼ਾ ਆ ਰਿਹਾ ਸਾਡਾ ਟੀਚਾ ਖੇਡ 'ਚ ਜਿੱਤਣਾ ਜਦੋਂ ਖੇਡ ਸਮਾਪਤ ਹੋ ਗਈ ਤਾਂ ਰੌਬਰਟ ਨੇ ਸਾਨੂੰ 15 ਮਿੰਟਾਂ ਤੱਕ ਕੈਸ਼ ਫਲੋ ਦੇ ਵਿਚਾਰਾਂ ਕਰਨ ਤੇ ਇਹਦੀ ਸਮੀਖਿਆ ਕਰਨ ਵਾਸਤੇ ਗਿਆ ਮੇਰੇ ਟੇਬਲ ਤੇ ਬੈਠਾ ਵਪਾਰੀ ਖੁਸ਼ ਨਹੀਂ ਸੀ ਉਹਨੂੰ ਖੇਡ ਪਸੰਦ ਨਹੀਂ ਸੀ ਆਈ ਮੈਨੂੰ ਇਹ ਸਾਰਾ ਕੁਝ ਜਾਣਨ ਦੀ ਲੋੜ ਨਹੀਂ ਹੈ ਉਹਨੇ ਜ਼ੋਰ ਦੇ ਕੇ ਕਿਹਾ ਮੇਰੇ ਕੋਲੇ ਨਾ ਸਾਰਿਆਂ ਲਈ ਅਕਾਊਂਟੈਂਟ ਬੈਂਕਰ ਤੇ ਵਕੀਲ ਹਨ ਜਿਨ੍ਹਾਂ ਨੂੰ ਇਹ ਸਾਰਾ ਕੁਝ ਪਤਾ ਹੈ ਰੌਬਰਟ ਦਾ ਜਵਾਬ ਸਿੱਖੀ ਤੁਸੀਂ ਕਦੀ ਗੌਰ ਕੀਤਾ ਕਿ ਇਹੋ ਜਿਹੇ ਬੜੇ ਅਕਾਊਂਟੈਂਟ ਸਨ ਜਿਹੜੇ ਕਿ ਅਮੀਰ ਨਹੀਂ ਹਨ ਇਹੀ ਹਾਲ ਬੈਂਕਰ ਵਕੀਲ ਸਟਾਰ ਸਟਾਕ ਬ੍ਰੋਕਰ ਤੇ ਰੀਅਲ ਅਸਟੇਟ ਬ੍ਰੋਕਰਾਂ ਦਾ ਵੀ ਹੈ ਉਹ ਬਹੁਤ ਕੁਝ ਜਾਣਦੇ ਐ ਆਮ ਕਰਕੇ ਉਹ ਲੋਕ ਸਮਾਰਟ ਹੁੰਦੇ ਐ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਅਮੀਰ ਨਹੀਂ ਹੁੰਦੇ ਕਿਉਂਕਿ ਸਾਡੇ ਸਕੂਲ ਸਾਨੂੰ ਉਹ ਸਾਰਾ ਕੁਝ ਨਹੀਂ ਸਿਖਾਉਂਦੇ ਜਿਹੜਾ ਕਿ ਅਮੀਰ ਲੋਕ ਜਾਣਦੇ ਐ ਇਸ ਲਈ ਅਸੀਂ ਇਹਨਾਂ ਲੋਕਾਂ ਕੋਲੋਂ ਸਲਾਹ ਲੈਂਦੇ ਆ ਪਰ ਇੱਕ ਦਿਨ ਜਦੋਂ ਤੁਸੀਂ ਕਿਸੇ ਹਾਈਵੇ ਤੇ ਕਾਰ ਰਾਈਂ ਜਾਂਦੇ ਹੋ ਟ੍ਰੈਫਿਕ ਜਮ ਵਿੱਚ ਫਸ ਜਾਂਦੇ ਹੋ ਤੁਸੀਂ ਬਾਹਰ ਨਿਕਲਣ ਲਈ ਤੜਪਦੇ ਹੋ ਜਦੋਂ ਤੁਸੀਂ ਆਪਣੇ ਸੱਜੇ ਪਾਸੇ ਵੇਖਦੇ ਹੋ ਉੱਥੇ ਤੁਸੀਂ ਇਹ ਦੇਖਦੇ ਹੋ ਕਿ ਤੁਹਾਡਾ ਅਕਾਊਂਟੈਂਟ ਵੀ ਉਸੇ ਟ੍ਰੈਫਿਕ ਜਮ ਵਿੱਚ ਫਸਿਆ ਹੋਇਆ ਹੈ ਫਿਰ ਤੁਸੀਂ ਆਪਣੇ ਖੱਬੇ ਪਾਸੇ ਵੇਖਦੇ ਹੋ ਤੁਹਾਨੂੰ ਉੱਥੇ ਆਪਣਾ ਬੈਂਕਰ ਵੀ ਉਸੇ ਹਾਲਚ ਨਜ਼ਰ ਆਉਂਦਾ ਹੈ ਇਸ ਨਾਲ ਤੁਹਾਨੂੰ ਹਾਲਾਤ ਦਾ ਅੰਦਾਜ਼ਾ ਹੋ ਜਾਏਗਾ ਕੰਪਿਊਟਰ ਪ੍ਰੋਗਰਾਮਰ ਵੀ ਇਸ ਖੇਡ ਨਾਲ ਪ੍ਰਭਾਵਿਤ ਨਹੀਂ ਹੋਇਆ ਇਹ ਸਿੱਖਣ ਲਈ ਮੈਂ ਸੌਫਟਵੇਅਰ ਖਰੀਦ ਸਕਦਾ ਬੈਂਕਰ ਜ਼ਰੂਰ ਪ੍ਰਭਾਵਿਤ ਹੋਇਆ ਮੈਂ ਸਕੂਲ 'ਚ اکاؤنٹਿੰਗ ਸਿੱਖੀ ਸੀ ਪਰ ਮੈਂ ਹੁਣ ਤਾਈ ਇਹ ਨਹੀਂ ਸਮਝ ਪਾਇਆ ਕਿ ਇਹਨੂੰ ਅਸਲ ਜ਼ਿੰਦਗੀ 'ਚ ਕਿਵੇਂ ਕੰਮ 'ਚ ਲਿਆਇਆ ਜਾਏ ਹੁਣ ਮੈਂ ਸਮਝ ਲਿਆ ਕਿ ਮੈਨੂੰ ਚੂਹਾ ਦੌੜ ਤੋਂ ਬਾਹਰ ਨਿਕਲਣ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ ਪਰ ਮੈਂ ਆਪਣੀ ਧੀ ਦੇ ਵਿਚਾਰਾਂ ਨਾਲ ਸਭ ਤੋਂ ਜ਼ਿਆਦਾ ਰੋਮਾਂਚਿਤ ਹੋਈ ਉਹਨੇ ਕਿਹਾ ਮੈਨੂੰ ਸਿੱਖਣ 'ਚ ਬੜਾ ਮਜ਼ਾ ਆਇਆ ਮੈਂ ਇਸ ਬਾਰੇ ਬੜਾ ਕੁਝ ਸਿੱਖਿਆ ਕਿ ਪੈਸਾ ਅਸਲ ਜ਼ਿੰਦਗੀ 'ਚ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਇਹਦਾ ਨਿਵੇਸ਼ ਕਿਵੇਂ ਕਰਨਾ ਚਾਹੀਦਾ ਹੈ ਫਿਰ ਉਹਨੇ ਅੱਗੇ ਕਿਹਾ ਹੁਣ ਮੈਂ ਜਾਣਦੀ ਹਾਂ ਕਿ ਮੈਂ ਆਪਣੇ ਕੰਮ ਕਰਨ ਵਾਸਤੇ ਕਿਸ ਤਰ੍ਹਾਂ ਦਾ ਕਾਰੋਬਾਰ ਚੁਣਾ ਤੇ ਕਾਰੋਬਾਰ ਚੁਣਨ ਦਾ ਨੌਕਰੀ ਚੁਣਨ ਦਾ ਕਾਰਨ ਨੌਕਰੀ ਦੀ ਸੁਰੱਖਿਆ ਉਸ ਤੋਂ ਮਿਲਣ ਵਾਲੇ ਫਾਇਦੇ ਜਾਂ ਤਨਖਾਹ ਨਹੀਂ ਹੋਣਗੇ ਜੇਕਰ ਮੈਂ ਇਸ ਖੇਡ ਰਹੀ ਸਿਖਾਈ ਗਈਆਂ ਗੱਲਾਂ ਨੂੰ ਸਿੱਖ ਲੈਣੀਆਂ ਤਾਂ ਮੈਂ ਕੁਝ ਵੀ ਕਰਨ ਲਈ ਸੁਤੰਤਰਾਂ ਤੇ ਉਹ ਸਿੱਖਣ ਲਈ ਵੀ ਸੁਤੰਤਰਾਂ ਜਿਹੜਾ ਮੈਂ ਦਿਲ ਲਾ ਕੇ ਸਿੱਖਣਾ ਚਾਹੁੰਦੀ ਹਾਂ ਹੁਣ ਤਾਂ ਹੀ ਮੈਨੂੰ ਉਸ ਚੀਜ਼ ਨੂੰ ਸਿੱਖਣਾ ਪੈਂਦਾ ਸੀ ਜਿਸ ਰਾਹੀਂ ਮੈਨੂੰ ਨੌਕਰੀ ਮਿਲਣ 'ਚ ਸਹਾਇਤਾ ਮਿਲੇ ਜੇਕਰ ਮੈਂ ਇਹ ਖੇਡ ਸਿੱਖ ਜਾਣੀਆ ਤਾਂ ਮੈਨੂੰ ਨੌਕਰੀ ਵਿੱਚ ਸੁਰੱਖਿਆ ਤੇ ਸਮਾਜੀ ਸੁਰੱਖਿਆ ਦੀ ਜ਼ਿਆਦਾ ਫਿਕਰ ਨਹੀਂ ਹੋਏਗੀ ਜਿਵੇਂ ਕਿ ਮੇਰੀਆਂ ਬਹੁਤੀਆਂ ਸਹੇਲੀਆਂ ਨੂੰ ਹੁੰਦੀ ਹੈ ਧੰਨਵਾਦ ਚਲਦਾ